ਰਾਮ ਤੋਂ ਆਇਆ ਜੀ, ਉਹਨਾਂ ਕੋਲੇ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਨੂੰ, ਉਹ ਸਾਡੇ ਲੈ ਕੇ ਨਹੀਂ ਗਏ ਪੁਲਿਸ ਵਾਲੇ ਜੀ। ਉਹ ਗਰੀਬ ਬੰਦਾ ਸੀਗਾ ਜੀ। ਸੜਕ ਦੇ ਉੱਤੇ ਲੁੱਟਾ ਖੋਹਾ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਮੌਕੇ ਦੇ ਉੱਤੇ ਕਾਬੂ ਕੀਤਾ ਗਿਆ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਇੱਕ ਆਟੋ ਚਾਲਕ ਦੇ ਨਾਲ ਰਾਤ ਦੇ ਸਮੇਂ ਲੁੱਟਖੋ ਕੀਤੀ ਜਾ ਰਹੀ ਸੀ। ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਆਟੋ ਚਾਲਕ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਸੀ, ਪਰ ਜਿਸ ਤੋਂ ਬਾਅਦ ਜਿਵੇਂ ਹੀ ਆਟੋ ਚਾਲਕ ਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ ਤਾਂ ਮੌਕੇ ਦੇ ਉੱਤੇ ਕੁਝ ਜਮੈਟੋ ਵਾਲੇ ਨੌਜਵਾਨ ਪਹੁੰਚਦੇ ਨੇ ਅਤੇ ਉਹਨਾਂ ਦੇ ਵੱਲੋਂ ਆ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ। ਹਾਲਾਂਕਿ ਤਿੰਨ ਮੋਟਰਸਾਈਕਲਾਂ ਦੇ ਉੱਤੇ 6 ਦੇ ਕਰੀਬ ਇਹ ਲੁਟੇਰੇ ਸਵਾਰ ਹੋ ਕੇ ਆਏ ਸੀ, ਜਿਨ੍ਹਾਂ ਦੇ ਵਿੱਚੋਂ 3 ਫਰਾਰ ਹੋ ਜਾਂਦੇ ਨੇ ਅਤੇ 3 ਨੂੰ ਮੌਕੇ ਦੇ ਉੱਤੇ ਕਾਬੂ ਕਰ ਲਿਆ ਜਾਂਦਾ। ਲੋਕਾਂ ਦੇ ਵੱਲੋਂ ਦੱਬ ਕੇ ਇਹਨਾਂ ਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਅਤੇ ਲੁਟੇਰਿਆਂ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਤਾਂ ਇਸ ਦੌਰਾਨ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਦੋਂ ਲੋਕਾਂ ਦੇ ਵੱਲੋਂ ਲੁਟੇਰਿਆਂ ਦੀ ਛਿੱਤਰ ਪਰੇਡ ਕੀਤੀ ਗਈ। ਹਾਲਾਂਕਿ ਮੌਕੇ ਦੇ ਉੱਤੇ ਮੌਜੂਦ ਲੋਕਾਂ ਦਾ ਕਹਿਣਾ ਕਿ ਆਏ ਦਿਨ ਇਸ ਇਲਾਕੇ ਦੇ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਚੋਰੀਆਂ ਹੋ ਰਹੀਆਂ ਨੇ, ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਫਿਲਹਾਲ ਹੁਣ ਤਿੰਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਅੱਗੇ ਕੀ ਕਾਰਵਾਈ ਅਮਲ ਦੇ ਵਿੱਚ ਲੈ ਕੇ ਆਉਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਡੁਗਰੀ ਪੁਲ ਦੇ ਉੱਤੇ ਰਾਤ ਦੇ ਸਮੇਂ 12 ਵਜੇ ਦੇ ਕਰੀਬ ਇੱਕ ਆਟੋ ਵਾਲੇ ਦੇ ਕੋਲੋਂ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਟੋ ਵਾਲੇ ਨਾਲ ਲੁੱਟ ਖੋਹ ਹੋਈ ਹੈ ਜੀ। ਉਹਦੀ ਵਿਚਾਰੇ ਦੀ ਬਾਂਹ ਵੱਡੀ, ਗਰੀਬ ਬੰਦਾ ਜੀ, ਅਸੀਂ ਵੀ ਸਵਿਗੀ ਚਲਾਉਂਦੇ ਹਾਂ ਜੀ, ਠੀਕ ਆ। ਅਸੀਂ ਆ ਕੇ ਮੌਕੇ 'ਤੇ ਫੜਿਆ, ਫੜਨ ਤੋਂ ਬਾਅਦ ਬਾਕੀ ਭੱਜ ਗਈ, 3 ਜਣੇ ਹੱਥ ਆ ਗਏ, ਪੁਲਿਸ 1/2 ਘੰਟੇ ਬਾਅਦ ਆ ਜੀ, ਠੀਕ ਹੈ ਜੀ। ਉਹਦਾ ਵਿਚਾਰੇ ਜੀ ਸਾਰਾ ਹੱਥ ਵੜਤ, 3 ਤੋਂ 5-6 ਜਾਣੇ ਸੀਗੇ, ਠੀਕ ਹੈ ਜੀ, 5-6 ਜਾਣੇ ਸੀਗੇ, 1/2 ਘੰਟੇ ਬਾਅਦ ਪੁਲਿਸ ਇੱਥੇ ਆਈ ਹੈ, ਹਥਿਆਰ ਵੀ ਨਹੀਂ ਲੈ ਕੇ ਗਈ, ਠੀਕ ਹੈ ਜੀ। 3 ਵੱਜ ਗਏ, ਹਾਂਜੀ 3 ਵੱਜ ਗਏ ਸੀਗੇ ਜੀ, 3 ਫੜੇ ਗਏ ਆ, ਪੁਲਿਸ ਵਾਲੇ ਤਿੰਨਾਂ ਨੂੰ ਛੱਡ ਗਏ, ਉਹ ਪਤਾ ਨਹੀਂ ਕਿੱਧਰ ਗਏ ਕਿੱਧਰ ਨਹੀਂ ਗਏ, ਠੀਕ ਹੈ। 3 ਹੱਥ ਲਾ ਕੇ ਸਾਨੂੰ ਨਹੀਂ ਪਤਾ ਜੀ ਪੁਲਿਸ ਵਾਲੇ ਕਿੱਦਾਂ ਛੱਡਣ ਕਿੱਦਾਂ, ਠੀਕ ਹੈ ਜੀ। ਉਹਨਾਂ ਦੇ ਪਰਚਾ ਹੋਣਾ ਚਾਹੀਦਾ ਵਾ ਜੀ, ਠੀਕ ਹੈ। ਗਰੀਬ ਬੰਦਾ ਵਾ, ਉਹਨਾਂ ਕੋਲ 2-3 ਹਥਿਆਰ ਸੀ, ਪੁਲਿਸ ਵਾਲੇ ਕੋਈ ਹਥਿਆਰ ਨਹੀਂ ਲੈ ਕੇ ਗਏ, ਕੁੱਟਮਾਰ ਕੀਤੀ ਗਈ ਕੁੱਟਮਾਰ ਵੀ ਕੀਤੀ ਹੈ। ਅਸੀਂ ਇਹ ਨਹੀਂ ਕਹਿੰਦੇ ਸਾਰਿਆਂ ਮਿਲ ਕੇ ਕੁੱਟਿਆ ਵੀ ਹੈਗਾ ਵਾ, ਮੁੜ ਕੇ ਪੁਲਿਸ ਆਈ 1/2 ਘੰਟੇ ਬਾਅਦ, ਤੇ ਪੁਲਿਸ ਆਈ ਹੈ, ਪੁਲਿਸ ਨੇ ਚਲੋ ਕੁਛ ਕਿਹਾ ਨਹੀਂ, ਲੈ ਕੇ ਚੱਲ ਗਏ ਉਹਨਾਂ ਨੂੰ, ਉਹ ਪੁਲਿਸ ਵਾਲੇ ਕਿਰਪਾਨ ਇੱਥੇ ਛੱਡ ਗਏ ਹੋਏ, ਆਪਣੀ ਕਿਰਪਾਨ ਵੀ ਨਾਲ ਨਹੀਂ ਲੈ ਕੇ ਗਏ ਹੈਗੇ, ਨਾ ਉਹਨਾਂ ਨੇ ਕੁਛ ਕਿਹਾ, ਹੱਥ ਲਾਇਆ ਉਹਨਾਂ ਨੇ, ਬਿਠਾਏ ਤੇ ਚੁੱਪ ਕਰਕੇ ਲੈ ਗਏ ਆ। ਅੱਧੀ ਰਾਤ ਨੂੰ ਇੱਥੇ ਪਹਿਲਾਂ ਵੀ 2 ਵਾਰ ਕਾਂਡ ਹੋ ਚੁੱਕਾ ਵਾ, ਪਹਿਲਾਂ ਵੀ ਇਹਨਾਂ ਨੇ ਬੰਦੇ 2 ਇੱਥੇ ਮਾਰੇ ਹੋਏ ਆ ਨਹਿਰ 'ਤੇ, ਪਹਿਲਾਂ ਵੀ ਹਫ਼ਤੇ ਪਹਿਲਾਂ ਮੈਂ ਇੱਥੇ ਜਾ ਰਹੀ ਸੀ, ਮੇਰੇ ਪਿੱਛੇ ਵੀ ਮੁੰਡੇ ਪਏ ਸੀਗੇ ਕਿਰਪਾਨਾਂ ਲੈ ਕੇ। ਟੋਟਲ ਕਿੰਨੇ ਮੁੰਡੇ ਸੀਗੇ ਤੇ ਕਿਸੇ ਦੀ ਬਾਂਹ ਵੀ ਵੱਡੀ ਗਈ? ਭਾਈ 3 ਮੁੰਡੇ ਸੀਗੇ, ਪਿੱਛੇ ਹੋਰ ਵੀ ਸੀਗੇ, ਉਹ ਨਿਕਲ ਗਏ ਸੀਗੇ, 3 ਮੁੰਡੇ ਸੀਗੇ ਤੇ ਉਹ ਮਾਰਨ ਲੱਗੇ ਸੀਗੇ, ਮੌਕੇ 'ਤੇ ਇਕੱਠੇ ਹੋ ਗਏ ਸਾਰੇ ਭਾਈ ਲੋਕ, ਤੇ ਉਹਨਾਂ ਨੇ ਇੱਕ ਆਟੋ ਲਈ ਬਾਂਹ ਵੀ ਵੱਡੀ ਗਈ ਹੈ, ਤੇ ਉਹਦੇ ਕਰਕੇ ਬਾਕੀ ਬੰਦੇ ਇਕੱਠੇ ਹੋ ਗਏ ਤੇ ਉਹ ਬਚ ਗਏ ਬੰਦਾ, ਤੇ ਉਹਨਾਂ ਨੇ 3 ਜਿਹੜੇ ਮੋਟਰਸਾਈਕਲ ਦੇ ਮੁੰਡੇ ਸੀ ਉਹਨਾਂ ਨੂੰ ਕੁੱਟਿਆ ਵੀ ਹੈਗਾ ਵਾ, ਅਸੀਂ ਇਹ ਨਹੀਂ ਕਹਿੰਦੇ ਨਹੀਂ ਕੁੱਟਿਆ ਹੈਗਾ ਵਾ,
ਤੇ ਬਾਅਦ ਪੁਲਿਸ ਆਉਣ ਨੂੰ ਅੱਧਾ ਘੰਟਾ ਲਾਤਾ ਪੁਲਿਸ ਵਾਲਿਆਂ ਨੂੰ ਪਹਿਲਾਂ ਵੀ ਮੁੰਡਿਆਂ ਨੂੰ ਕੁੱਟਿਆ ਗਿਆ ਹੁਣ ਬਾਈ ਕੁੱਟਿਆ ਬਿਲਕੁਲ ਕੁੱਟਿਆ ਸੀ ਕਹਿੰਦੇ ਕੁੱਟਿਆ ਸਾਡੇ ਨਾਲ ਤਾਂ ਕਰਨ ਤਾਂ ਕਰਨ ਅਸੀਂ ਬਿਲਕੁਲ ਕੁੱਟਾਂਗੇ ਸਾਡੇ ਵਰਗੇ ਆਉਣਗੇ ਅਸੀਂ ਓਨਾ ਹੀ ਕਿਰਪਾਨਾ ਆਪਦੇ ਮਾਰਾਂਗੇ ਲੱਗਦਾ ਇਹ ਚੌਂਕ ਏਡਾ ਚੱਲਦਾ ਕੋਈ ਪੁਲਿਸ ਦਾ ਬਾਈ ਇੱਥੇ ਰੋਜ਼ ਦਾ ਕੰਮ ਹੈ ਰਾਜ ਤਾਂ ਨਹੀਂ ਹੈਗਾ ਵਾ ਬਾਈ ਰੋਜ਼ ਡੇਲੀ ਇੱਥੇ ਨਹਿਰ 'ਤੇ ਕੋਈ ਨਾ ਕੋਈ ਖੋਬਾਜੀ ਹੁੰਦੀ ਰਹਿੰਦੀ ਆ ਅਸੀਂ ਸਾਰੇ ਵੀਰ ਰਾਤੀ ਘੁੰਮਦੇ ਰਹਿੰਦੇ ਲੋਕ ਜਮੈਂਟੋ ਵਾਲੇ ਕੰਮ ਕਰਦੇ ਹੈਗੇ ਆ ਅਸੀਂ ਰਾਤੀ ਕੁਛ ਖਾਣ ਪੀਣ ਜਾਂਦੇ ਇੱਥੇ ਕਿੱਥੇ ਵੀ ਸਾਨੂੰ ਸੇਫਟੀ ਫੀਲ ਨਹੀਂ ਹੁੰਦੀ ਇੱਥੇ ਨਹਿਰ 'ਤੇ ਬਿਲਕੁਲ ਵੀ ਪਹੁੰਚੀ ਪੁਲਿਸ ਪਹੁੰਚੀ ਆ ਬਾਈ ਬਿਲਕੁਲ ਹੀ ਪਹੁੰਚੀ ਅੱਧੇ ਘੰਟੇ ਬਾਅਦ ਪੁਲਿਸ ਆਈ ਹੈ ਅਤੇ ਉਹਨਾਂ ਦੀ ਕਿਰਪਾਨ ਵੀ ਇੱਥੇ ਛੱਡ ਗਈ ਹੋਈ ਹੈ ਬਲਕਿ ਉਹਨਾਂ ਨੂੰ ਲੈ ਕੇ ਜਾਂਦਾ ਫਰਜ਼ ਬਣਦਾ ਉਹਨਾਂ ਦਾ ਭਾਈ ਉਹਨਾਂ ਕੋਲ ਦੋ ਤਿੰਨ ਸੀਗੇ ਹੁਣ ਬਾਈਕ ਤੋਂ ਹੋਰ ਵੀ ਮੁੰਡੇ ਸੀ ਉਹ ਤਾਂ ਨਿਕਲ ਕੇ ਭੱਜ ਗਏ ਆਪਣਾ ਪਿੱਛੇ ਸੀ ਜਿਹੜੇ ਤਿੰਨ ਅਸੀਂ ਫੜ ਲਏ ਗਏ ਤਿੰਨਾਂ ਨੂੰ ਫੜ ਕੇ ਅਸੀਂ ਕੁੱਟਿਆ ਵਾ ਫੜ ਕੇ ਮੁੜ ਕੇ ਪੁਲਿਸ ਅੱਧੇ ਘੰਟੇ ਬਾਅਦ ਆਈ ਆ ਉਹਨਾਂ ਦਾ ਫਰਜ਼ ਬਣਦਾ ਕਿ ਕਿਰਪਾਨ ਲੈ ਕੇ ਜਾਣ ਉਹਨਾਂ ਦਾ ਕੋਈ ਕਾਰਵਾਈ ਕਰ ਲੈ ਕੇ ਜਾਓ ਹਥਿਆਰ ਭਾਈ ਬਿਲਕੁਲ ਕਿਹਾ ਉਹਨਾਂ ਨੂੰ ਆਪ ਨੂੰ ਸਮਝ ਆਈ ਕਿ ਹਾਂ ਬਰਾਮਦ ਹੋਈ ਤੇ ਲੈ ਕੇ ਜਾਣੀ ਬਣਦੀ ਉਹਨਾਂ ਦੀ ਕੱਲ੍ਹ ਨੂੰ ਉਹਨਾਂ ਦੀ ਕਾਰਵਾਈ ਨਹੀਂ ਕਰਨਗੇ ਤੇ ਡੁੱਗੀ ਨਹਿਰ ਤੇ 12 ਵਜੇ ਘਟਨਾ ਸੀ ਤਿੰਨ ਬੰਦੇ ਮੌਕੇ 'ਤੇ ਫੜ ਲਏ ਇਹਨਾਂ ਕੋਲ ਟੋਕਾ ਫੜਿਆ ਗਿਆ ਅਤੇ ਫੜ ਕੇ ਚੌਕੀ ਹੱਥਾਂ ਫੜ ਕੇ ਇੱਥੇ ਕਾਰਵਾਈ ਹੋ ਰਹੀ ਹੈ ਟੋਟਲ ਕਿੰਨੇ ਕੁ ਮੁੰਡੇ ਸੀ ਕੀ ਕਰ ਰਹੇ ਸੀ ਇਹ ਲੁੱਟ ਖੋਹ ਕਰ ਰਹੇ ਸੀ ਆਟੋ ਵਾਲੇ ਨਾਲ ਆਟੋ ਵਾਲੇ ਬਾਂਹ ਵੀ ਵੱਡੀ ਗਈ ਦੱਸਿਆ ਜਾ ਰਿਹਾ ਇੱਕ ਦੀ ਮਤਲਬ ਵੀ ਹੱਥ ਸੱਟ ਲਾਤੀ ਆ ਆਟੋ ਵਾਲੇ ਦੇ ਆਟੋ ਵਾਲੇ ਦੇ ਅੱਛਾ ਇਹ ਟੋਟਲ ਕਿੰਨੇ ਕੁ ਨੌਜਵਾਨ ਸੀਗੇ ਇਹ ਤਿੰਨ ਫੜ ਲਏ ਤਿੰਨ ਫੜ ਕੇ ਚੌਕੀ ਦੇ ਤੇ ਬਾਕੀ ਅਸੀਂ ਪੂਰੀ ਕਰ ਰਹੇ ਜਾਂਚ ਰਾਹਗੀਰਾਂ ਨੇ ਇਹਨਾਂ ਦੀ ਕੁੱਟਮਾਰ ਵੀ ਕੀਤੀ ਹੈ ਉਹਨਾਂ ਜਿਹੜੇ ਲੋਕਾਂ ਨੇ ਫੜਿਆ ਨਾ ਫਿਰ ਉਹਨਾਂ ਨੇ ਕੁੱਟਮਾਰ ਕੀਤੀ ਲੋਕਾਂ ਇਹਨਾਂ ਚੋਰਾਂ ਦੀ ਕੁੱਟਮਾਰ ਵੀ ਕੀਤੀ ਗਈ ਥੋੜ੍ਹੀ ਬਹੁਤੀ ਕੀਤੀ ਹੈ ਬਾਕੀ ਮੌਕੇ ਪੁਲਿਸ ਪਹੁੰਚ ਗਈ ਨਾਲ ਆਪਣੇ ਟਿਮਿਰਾ ਆ ਗਈ ਅਤੇ ਨਾਲ ਇਹ ਹੁਣ ਕਿਹੜੇ ਥਾਣੇ ਲਿਆਂਦਾ ਗਿਆ ਇਹ ਚੌਂਕੀ ਆਦਮ ਪਰ ਮਾਮਲਾ ਦਰਜ ਕੀਤਾ ਜਾ ਰਿਹਾ ਹਾਂਜੀ ਹਾਂਜੀ ਕਾਰਵਾਈ ਪੂਰੀ ਕਰ ਆਟੋ ਵਾਲਾ ਜਾ ਰਿਹਾ ਸੀ ਤਿੰਨ ਜਿਹੜੇ ਹੈਗੇ ਸੀ ਮੋਟਰਸਾਈਕਲ ਵਾਲੇ ਆਦਮੀ ਬੈਠੇ ਸੀ ਇਹਨਾਂ ਕੋਲ ਤੇਜ਼ਰ ਹਥਿਆਰ ਵੀ ਕਿਤੇ ਤੇਜ਼ ਹਥਿਆਰ ਫੜਿਆ ਕਾਰ ਤੇ ਕੋਈ ਬਾਹ ਵੱਡੀ ਗਈ ਆਟੋ ਬਾਹ ਵੀ ਵੱਡੀ ਗਈ ਤੇ ਕਿੰਨੇ ਇਹ ਕਹਿੰਦੇ ਨੌਜਵਾਨ ਹੋਰ ਵੀ ਸੀਗੇ ਇਹਨਾਂ ਦੇ ਨਾਲ ਹਾਂਜੀ ਚੱਲ ਜੋ ਕਿ ਅਫਸਰ ਭੱਜ ਗਏ ਤੇ ਭੱਜ ਵੀ ਗਏ ਕੋਈ ਭੱਜ ਵੀ ਰਹੇ ਅੱਛਾ ਜੀ ਤੇ ਕਿੰਨੇ ਨੌਜਵਾਨ ਕਾਬੂ ਕੀਤੇ ਹੁਣ ਜੀ ਤਿੰਨ ਕਰੇ ਤਿੰਨ ਕਰੇ ਕੀ ਹਥਿਆਰ ਕਿਹੜੇ ਬਰਾਮਦ ਕੀਤੇ ਇਹਨਾਂ ਕੋਲੋਂ ਬਾਰੂਦ ਹਥਿਆਰ ਫੜਿਆ ਅੱਛਾ ਜੀ ਤੇ ਸਰ ਕਿੰਨੇ ਆਟੋ ਵਾਲੇ ਦੀ ਜਿਹੜੀ ਬਾਂਹ ਵੱਡੀ ਗਈ ਹੈ ਜਾਂ ਹੋਰ ਵੀ ਕਿੰਨੇ ਦੀ ਲੁੱਟ ਖੋਹ ਕੀਤੀ ਹੈ ਸਾਰਾ ਇੱਕ ਤੀਹ ਚੱਲੂ ਫਿਰ ਕੀ ਇਹ ਲੁੱਟ ਖੋਹ ਕਰਨ ਲਈ ਆਦੀ ਨੇ ਤੇ ਨਸ਼ਾ ਨੁਸ਼ਾ ਵੀ ਕੀਤਾ ਲੱਗਦਾ ਇਹ ਸਾਰੀ ਰਿਪੋਰਟ ਆਊਗੀ ਸਰ ਨੌਜਵਾਨ ਕਿੰਨੇ ਸੀ ਟੋਟਲ ਟੋਟਲ ਨੌਜਵਾਨ ਇਹ ਫੜੇ ਤਿੰਨ ਆ ਦੋ ਮੌਕੇ ਤੋਂ ਕਹਿੰਦੇ ਪੰਜ 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 ਸੀ ਤੇ ਇਹ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਜੀ ਇਹ ਨਿਊ ਕਿਰਪਾਲ ਨਗਰ ਦੇ ਦੱਸ ਰਹੇ ਮਾਮਲਾ ਦਰਜ ਕੀਤਾ ਜਾ ਰਿਹਾ ਜੀ ਹਾਂਜੀ